ਇਨਵੈਸਟਿੰਗ -- ਇਨ 1 ਆਵਰ ਪਤਾ ਨਹੀਂ ਕਿੰਨੇ ਖਰਚੇ ਜਾਣੇ ਆ। ਘਰਦਿਆਂ ਨੇ ਮੈਨੂੰ ਦੇਤਾ ਨਾ ਹੁਣ ਮੇਰੇ ਪੇਪਰਾਂ ਤੋਂ ਬਾਅਦ, ਸੋ ਮੈਂ ਤਾਂ ਹੁਣ ਵਲੌਗ ਬਣਾ ਰਿਹਾ। ਸਭ ਤੋਂ ਪਹਿਲਾਂ ਤੁਸੀਂ ਪੁੱਛੋਗੇ ਵੀ ਬਈ ਆਪਣੇ ਯਾਰ ਦੋਸਤ ਦੇ ਵਿਆਹ ਗਿਆ ਸੀਗਾ ਕਿ ਨਹੀਂ। ਹਾਂਜੀ ਮੈਂ ਗਿਆ ਸੀਗਾ। ਵਧਾਈਆਂ ਹੋ ਗਿਆ ਅੰਦਰ ਕੈਮਰੇ ਦੀਆਂ। ਚੱਲ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ। ਤੈਨੂੰ ਵੀ ਬਹੁਤ ਪਰਮਾਤਮਾ ਦਾ ਅੰਦਰ। ਮੈਂ ਦੁਬਾਰਾ ਕੰਮ ਸਟਾਰਟ ਕਰ ਲੱਗਾ ਨਾ, ਤੇਲ ਚੋਂਦੇ ਤੁਸੀਂ। ਵੈਲਕਮ ਬੈਕ ਗਾਇਸ, ਨਵੇਂ ਵਲੋਗ ਦੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ। ਹੋਪ ਕਰਦਾ ਤੁਸੀਂ ਠੀਕ ਹੋਵੋਗੇ ਤੇ ਵਧੀਆ ਹੋਵੋਗੇ। ਤੇ ਇਦੋਂ ਅੱਗੇ ਕੀ ਕਹਿੰਦਾ ਮੈਂ ਭੁੱਲ ਗਿਆ ਕਰਦੇ ਨੇ ਮੈਨੂੰ ਦੇਤਾ ਨਾ ਹੁਣ ਮੇਰੇ ਪੇਪਰਾਂ ਤੋਂ ਬਾਅਦ, ਸੋ ਮੈਂ ਤਾਂ ਹੁਣ ਵਲੌਗ ਬਣਾ ਰਿਹਾ। ਇਹਨਾਂ ਨੇ ਫੋਨ ਮੇਰਾ ਫੜ ਲਿਆ ਸੀ, ਇਸ ਕਰਕੇ ਮੈਂ ਵਲੌਗ ਨਹੀਂ ਸੀ ਪਾ ਰਿਹਾ। ਹੋਰ ਕੁਛ ਕੋਈ ਬਹਾਨਾ ਹੈ ਨਹੀਂ ਮੇਰੇ ਕੋਲ, ਚਲੋ ਛੱਡੋ। ਇਗਨੋਰ ਤੇ ਫਿਲਹਾਲ ਮੈਂ ਜਾ ਰਿਹਾ ਲੁਧਿਆਣੇ ਤੇ ਲੈਪਟੋਪ ਲੈ ਕੇ ਵੀ ਚੱਲਾਂ, ਕਿਉਂਕਿ ਇਹਦੀ ਵਿੰਡੋ ਉੱਡ ਗਈ। ਚਲਾਇਆ ਤਾਂ ਹੈ ਨਹੀਂ ਸੀਗਾ, ਇਹ ਨਹੀਂ ਪਤਾ ਹਾਰਡਵੇਅਰ ਖਰਾਬ ਹੋ ਗਈ, ਖਣੀ ਮਿੱਟੀ ਮੁੱਟੀ ਪੈ ਗਈ, ਕੁਛ ਨਹੀਂ ਪਤਾ। ਤੇ ਲੁਧਿਆਣੇ 'ਚੋਂ ਦੇਖਦੇ ਹਾਂ ਕਿੱਥੇ ਲਈਏ ਕੈਮਰਾ। ਕੈਮਰਾ ਹੀ ਲੈ ਰਿਹਾ ਮੈਂ, ਇਨਵੈਸਟਿੰਗ -- ਇਨ 1 ਆਵਰ ਪਤਾ ਨਹੀਂ ਕਿੰਨੇ ਖਰਚੇ ਜਾਣੇ ਆ। ਅੱਛਾ ਮੰਮੀ ਖੜੀ ਆ, ਅਤੇ ਆ ਆਪਣੀ ਯਿਪਸੀ, ਆਰਮੀ ਯਿਪਸੀ। ਅਤੇ ਅਗਰ ਕੋਈ ਇਸ ਯਿਪਸੀ ਨੂੰ ਲੈਣ ਦਾ ਚਾਹਵਾਨ ਹੈਗਾ ਤਾਂ ਮੈਸੇਜ ਕਰ ਲਿਆ ਮੈਂ ਇੰਸਟਾਗ੍ਰਾਮ 'ਤੇ, ਅਤੇ ਕਿਉਂਕਿ ਇਹ ਵੀ ਚਾਹ ਪੂਰਾ ਹੋ ਗਿਆ। ਹਾਂ ਹੋ ਗਿਆ ਚਾਹ ਪੂਰਾ, ਇਹ ਚਾਹ ਪੂਰਾ ਕਰਨ ਵਾਸਤੇ ਲਿੱਤੀ ਸੀਗੀ ਅਤੇ ਸਾਰਾ ਚਾਹ ਪੂਰਾ ਹੋ ਗਿਆ ਇਹਦਾ। ਕੋਈ ਐਕਸੀਡੈਂਟ ਨਹੀਂ, ਕੋਈ ਕੁਛ ਨਹੀਂ ਹੈਗਾ, 4x4 ਆ, ਸੀਟਾਂ ਵੀ ਨਾਲ ਮਿਲ ਜਾਣਗੀ। ਇਹ ਥੋੜ੍ਹੀ ਜਿਹੀ ਸਾਫ਼ ਸਫਾਈ ਕਰਨ ਵਾਲੀ ਹੈ, ਕਿਉਂਕਿ ਨਗਰ ਕੀਰਤਨ 'ਤੇ ਆਪਾਂ ਲਾਈ ਸੀਗੀ ਵਿੱਚ ਹੀ, ਹੈ ਨਾ, ਸੇਵਾ 'ਤੇ, ਸੋ ਇਸ ਕਰਕੇ ਥੋੜ੍ਹੀ ਜਿਹੀ ਲਿਬੜੀ ਆ ਇਹ। ਅਤੇ ਇੱਥੇ ਹਜੇ ਤੱਕ ਸਾਡਾ ਯਾਰ ਪੇਂਟਰ ਨਹੀਂ ਆਇਆ, ਮੈਂ ਮੂਸੇ ਵਾਲੇ ਦੀ ਉਹ ਇੱਕ ਪ੍ਰੋਪਰ ਪੋਰਟਰੇਟ ਬਣਾਉਣਾ ਸੀਗਾ ਅਤੇ ਉੱਪਰ ਇੱਥੇ ਸ਼ਹਿਰੀ ਆਈ ਨਹੀਂ ਸੀ। ਮੈਂ ਬਾਲਾ ਨਹੀਂ ਘੁਮਾ ਰਿਹਾ ਇਹਨੂੰ, ਹੁਣ ਰੱਖ ਹੀ ਦਿੰਦਾ। ਗੱਡੀ ਸਾਫ਼ ਹੀ ਸੀ, ਮੈਂ ਕਿਹਾ ਮਾੜਾ ਮੋਟਾ ਮੈਂ ਤੁਹਾਡੇ ਵਾਸਤੇ ਛੱਡਦਾ, ਵੀ ਤੁਸੀਂ ਵੀ ਕੁਛ ਕਰੋ, ਸਾਰਾ ਕੰਮ ਕਰਦਾ ਮੈਂ ਕਰਦਾ ਨਾ, ਫਿਰ ਤੁਸੀਂ ਐਂਡ ਤੇ ਵਿਹਲੇ ਰਹਿ ਜਾਂਦੇ ਆ। ਧੋ ਕੇ ਹਟਿਆ ਸਵੇਰੇ ਸਵੇਰੇ ਇਹਨੂੰ, ਇੰਨੀ ਧੁੰਦ 'ਚ ਦੇਖ ਲਓ, ਧੁੰਦ ਦੀਦੀ ਨਹੀਂ ਵੈਸੇ। ਮੰਮੀ ਵਲੌਗ ਨੂੰ ਵਿਊ ਆਉਣਗੇ? ਹਾਂ ਵਾਧੂ ਆਉਣਗੇ, ਪਾ ਤਾਂ ਸਹੀ ਵਲੌਗ, ਬਹੁਤ ਟਾਈਮ ਬਾਅਦ ਵਲੌਗ ਪਾ ਰਹੇ ਆ, ਐਕਸਾਈਟਿਡ ਪਤਾ ਨਹੀਂ ਲੋਕੀ ਜਾਂ ਦੇਖਣ ਨੂੰ ਬੈਠੇ ਵਲੌਗ, ਤੂੰ ਪਾਉਂਦਾ ਨਹੀਂ ਹੈਗਾ। ਚਲ ਅੱਗੇ ਤੋਂ ਪਾਇਆ ਕਰਾਂਗੇ, ਬਾਕੀ ਗੱਲਾਂ ਮੈਂ ਜਾਂਦਾ ਜਾਂਦਾ ਕਰਦਾ ਤੁਹਾਡੇ ਸਾਰੇ ਨਾਲ। ਇੱਕ ਆਪਾਂ ਬੰਦਾ ਵੀ ਚੱਕਣਾ ਹਜੇ, ਆਈ ਮੀਨ ਪਿਕ ਕਰਨਾ। ਤੁਹਾਡੇ ਯਾਰ ਦੋਸਤ ਵੀ ਇੱਦਾਂ ਹੀ ਕਰਦੇ ਆ, 11:25 ਦੇ ਫੋਨ ਲਾਇਆ ਸੀ, 11:35 ਹੋ ਗਏ, ਹੁਣ ਘਰੋਂ ਬਾਹਰ ਨਿਕਲਿਆ, ਹੁਣ ਉਹ ਸਨੈਪ ਬਣਾ ਰਿਹਾ, ਉਹ ਸਨੈਪ 'ਚ ਇਹ ਕਹੂਗਾ ਵੀ ਇਹ ਆਪ ਲੇਟ ਆਇਆ, ਜਦਕਿ ਇਹ ਲੇਟ ਆ। ਮੈਂ ਤਾਂ ਇੱਥੇ ਖੜਾ ਹੀ ਹਾਂ, ਤੁਹਾਡੇ ਮੂਹਰੇ ਹੀ ਆ ਸਬੂਤ ਆ, ਇਹਨੇ ਸਨੈਪ 'ਚ ਇੱਦਾਂ ਕਹਿ ਦੇਣਾ ਵੀ ਮੈਂ ਲੇਟ ਆ। ਕੀ ਹਾਲ ਆ? ਥਰਮੋਸ਼ ਹੀ ਚੱਕ ਲਿਆ, ਓ ਥੈਂਕ ਯੂ ਬ੍ਰੋ, ਚਲੀਏ ਚਲੋ, ਸੱਚ ਨੀ ਬੋਲਣਾ। ਸੋ ਗਾਇਸ ਹੁਣ ਆਪਾਂ ਜਾ ਰਹੇ ਹਾਂ ਲੁਧਿਆਣੇ, ਧੁੰਦ ਵੀ ਬਹੁਤ ਆ, ਤੇ 2-4 ਗੱਲਾਂ ਕਰਨੀਆਂ ਮੈਂ, ਜਿਹੜੀਆਂ ਗੱਲਾਂ ਦੇ ਤੁਸੀਂ ਜਵਾਬ ਚੁਣੋ। ਇੱਕ ਤਾਂ ਯਾਰ ਜਦੋਂ ਕੋਈ ਬਰਾਬਰ ਗੱਡੀ ਲਾਉਂਦਾ ਨਾ, ਮੈਂ ਸੋ ਬੋਲਿਆ ਨਹੀਂ ਜਾਂਦਾ, ਅਗਲਾ ਦੇਖਦਾ ਵੀ ਇਹ ਸਾਲਾ ਕੀ ਕਰੀ ਜਾਂਦਾ। ਗੱਲਾਂ ਹੈਗੀਆਂ ਇਹ, ਸਭ ਤੋਂ ਪਹਿਲਾਂ ਤੁਸੀਂ ਪੁੱਛੋਗੇ ਵੀ ਬਈ ਆਪਣੇ ਯਾਰ ਦੋਸਤ ਦੇ ਵਿਆਹ ਗਿਆ ਸੀਗਾ ਕਿ ਨਹੀਂ। ਹਾਂਜੀ ਮੈਂ ਗਿਆ ਸੀਗਾ। ਕਈ ਨਹੀਂ ਮੰਨਦੇ ਹੈ ਨਾ,
ਕਈਆਂ ਨੂੰ ਮੈਂ ਪਰਸਨਲੀ ਬਹੁਤ ਰਿਪਲਾਈ ਕੀਤਾ, ਮੈਂ ਕਿਹਾ ਤੁਸੀਂ ਇੱਦਾਂ ਦਾ ਕਮੈਂਟ ਨਾ ਕਰੋ ਕਿਉਂਕਿ ਮੈਂ ਇੰਟਰਸਟਡ ਨਹੀਂ ਸੀ ਵਲੌਗ ਬਣਾਉਣ 'ਚ। ਤਾਂ ਮੈਂ ਹੁਣ ਆ ਪਹਿਲਾ ਵਲੌਗ ਬਣਾ ਰਿਹਾ ਨਵੇਂ ਸਾਲ ਦਾ, ਪਹਿਲਾ ਵਲੌਗ, ਉਹ ਵੀ ਕੋਈ ਚੀਜ਼ ਲੈਣ ਚੱਲਾ ਮੈਂ ਤਾਂ ਬਣਾ ਰਿਹਾ। ਜਵਾਕ ਮੈਂ ਚੱਕ ਜਾਂਦਾ ਗੱਡੀ 'ਚ ਆਏ ਤੁਹਾਨੂੰ ਬਾਹਲਾ ਹੀ ਆ ਵੀ ਯਾਰ ਨਹੀਂ ਸਾਨੂੰ ਤਾਂ ਪਰੂਫ ਚਾਹੀਦਾ, ਤੁਸੀਂ ਵਿਆਹ 'ਤੇ ਗਏ ਸੀ, ਵਿਆਹ ਅਟੈਂਡ ਕੀਤਾ ਹੈ ਨਾ, ਤਾਂ ਬਈ ਮੈਂ ਫਿਰ ਫੋਟੋ ਪਾਉਂਗਾ ਅੱਗੇ ਤੋਂ ਹੈ ਨਾ ਪਰਮਿਸ਼ਨ ਲੈ ਕੇ, ਪਰ ਇੱਦਾਂ ਨਾ ਤੁਸੀਂ ਕਰੋ ਹੈ ਨਾ। ਸਾਡੇ 'ਚ ਤਾਂ ਕੋਈ ਗੱਲਬਾਤ ਇੱਡੀ ਖਾਸ ਹੋਈ ਨਹੀਂ ਸੀਗੀ, ਜਿੰਨੀ ਕਮੈਂਟ ਕਰ ਕਰਕੇ ਨਾਲ ਲਿਆਣਾ ਚੱਕ ਚੱਕ ਕੇ ਗੱਲ ਬਣਾ ਤੀ, ਇੱਦਾਂ ਦੀ ਗੱਲ ਨਹੀਂ ਸੀ। ਅਗਰ ਵਾਕਈ ਸਾਡੇ 'ਚ ਕੋਈ ਇੱਦਾਂ ਦੀ ਗੱਲ ਹੋਈ ਹੁੰਦੀ ਤਾਂ ਉਹ ਬੰਦੇ ਨੇ ਮੈਨੂੰ ਵਿਆਹ 'ਤੇ ਨਹੀਂ ਸੀ ਬੁਲਾਉਣਾ, ਪਹਿਲੀ ਗੱਲ, ਠੀਕ ਆ। ਦੂਜੀ ਗੱਲ, ਬਹੁਤ ਬੰਦਿਆਂ ਨੂੰ ਨਹੀਂ ਬੁਲਾਇਆ, ਠੀਕ ਆ, ਤਾਂ ਐਂ ਨਹੀਂ ਕਹਿ ਸਕਦਾ ਵੀ ਉਹ ਬੰਦੇ ਨੇ ਸਾਰਿਆਂ ਨੂੰ ਬੁਲਾਇਆ। ਇਹ ਗੱਲ ਨੋਟ ਕਰਨ ਵਾਲੀ, ਇਹ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਹੈਗੀ, ਸੋਚਣ ਵਾਲੀ ਗੱਲ ਆ, ਕੋਮਨ ਸੈਂਸ ਆ ਇਹ। ਅੱਜ ਦੇ ਵਲੌਗ ਬਣਾਉਣ ਦਾ ਰੀਜ਼ਨ ਇਹ ਆ, ਆਪਾਂ ਲੁਧਿਆਣੇ ਕੈਮਰਾ ਲੈਣ ਜਾ ਰਹੇ ਹਾਂ, ਸ਼ੋਪ ਹਜੇ ਡਿਸਾਈਡ ਨਹੀਂ ਹੋਈ ਕਿੱਥੋਂ ਲੈਣਾ, ਕੈਮਰਾ ਵੀ ਨਹੀਂ ਪਤਾ ਹਜੇ ਕਿਹੜਾ ਲੈਣਾ, ਕੈਮਰਾ ਵੀ ਨਹੀਂ ਪਤਾ ਬਈ ਮੈਨੂੰ ਇਹ ਕਿਹੜਾ ਲੈਣਾ। ਦੋ ਤਿੰਨ ਆਪਸ਼ਨਾਂ ਹੈਗੀਆਂ ਮੇਰੇ ਕੋਲ, ਇੱਕ ਤਾਂ ਨਵਾਂ ਆਇਆ ZV-E1 ਸੋਨੀ ਦਾ, ਦੂਜਾ ਹੈਗਾ M4। ਮੈਂ ਜਿੱਥੋਂ ਸਾਰੀ ਅਸੈਸਰੀ ਲੈਣ ਆਇਆ, ਮੈਂ ਗੁਪਤਾ ਸਟੂਡੀਓ ਤੇ ਲੈਣ ਆਇਆ ਵਾ, ਸਭ ਨੂੰ ਪਤਾ ਹੀ ਐਡਰੈਸ ਲੁਧਿਆਣੇ। ਸੋ ਗਾਇਸ ਆਪਾਂ ਆਲਰੇਡੀ ਬਹੁਤ ਜ਼ਿਆਦਾ ਲੇਟ ਸੀਗੇ, ਸੋ ਆਪਾਂ ਫਟਾਫਟ ਕੈਮਰਾ ਸਿਲੈਕਟ ਕਰਕੇ ਲੈ ਲਿਆ। ਮੈਂ ਕਨਫਿਊਜ਼ ਸੀਗਾ M4 ਅਤੇ ਸੋਨੀ ZV-E1, ਐਂਡ ਆਪਾਂ ਫਾਈਨਲੀ ਸੋਨੀ ZV-E1 ਲੈ ਲਿਆ। ਓਪਨਿੰਗ ਮੈਂ ਤੁਹਾਡੇ ਸਾਹਮਣੇ ਕਰ ਹੀ ਦਿੱਤੀ, ਵਧਾਈਆਂ ਹੋ ਗਈਆਂ ਅੰਦਰ ਕੈਮਰੇ ਦੀਆਂ। ਸੋ ਗਾਇਸ ਇਸ ਤੋਂ ਬਾਅਦ ਮੈਂ ਕੈਮਰੇ ਰਿਗਾਰਡਿੰਗ ਸਮਝ ਰਿਹਾ ਸੀ ਹੌਲੀ ਹੌਲੀ, ਜੋ ਮੈਨੂੰ ਸਮਝਾ ਰਹੇ ਨੇ ਨੌਰਥ ਸਾਈਡ ਦੇ ਡਿਪਟੀ ਮੈਨੇਜਰ ਨੇ ਸੋਨੀ ਦੇ ਆਲ ਓਵਰ ਇੰਡੀਆ ਦੇ। ਸੋ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਮਿਲ ਕੇ। ਹੁਣ ਤੁਸੀਂ ਸੋਚੋਗੇ ਤੁਹਾਡੇ ਕੱਪੜੇ ਕਿੱਦਾਂ ਚੇਂਜ ਹੋ ਗਏ ਹੈ ਨਾ। ਸੋ ਗਾਇਸ ਨੈਕਸਟ ਡੇ ਦੀ ਕਲਿੱਪ ਆ, ਮੇਰਾ ਗਿੰਬਲ ਬਿਨਾਂ ਨਹੀਂ ਸੀ ਸਰਦਾ, ਸੋ ਮੈਂ ਗਿੰਬਲ ਲੈਣ ਚਲਾ ਗਿਆ ਸੀ। ਮੂਜ਼ਾ ਦੀ ਏਅਰ ਕਰੋਸ ਗਿੰਬਲ ਆਪਾਂ ਨੂੰ ਅਰਾਊਂਡ 30,000 ਦੇ ਕਰੀਬ ਪੈ ਗਈ ਸੀ। ਹੁਣ ਇਦੋਂ ਬਾਅਦ ਜਿਹੜੀਆਂ ਕਲਿੱਪਸ ਆਉਣਗੀਆਂ ਉਹ ਫਸਟ ਡੇ ਦੀਆਂ ਹੀ। ਇੱਕ ਨਵੀਂ ਚੀਜ਼ ਪਤਾ ਲੱਗੀ ਆ, ਕਹਿੰਦੇ 2 ਲੱਖ ਤੋਂ ਉੱਪਰ ਕੈਸ਼ ਨਹੀਂ ਲੈਣਾ, ਅਤੇ ਕਿਉਂਕਿ ਸਾਰਾ ਜੋ ਸਿਸਟਮ ਆ ਇਹ ਸਾਰਾ ਕੈਸ਼ ਲੈ ਰਹੇ ਹਾਂ, ਇੰਸਟਾਲਮੈਂਟ ਨਹੀਂ ਕਰਵਾ ਰਹੇ। ਅਤੇ ਮੇਰੀ ਸੇਵਿੰਗ ਸੀ ਸਾਰੀ ਜਾ ਰਹੀ, ਇੱਕਦਮ 2-3 ਮਹੀਨੇ ਦੀ ਸੇਵਿੰਗ ਸਾਰੀ, ਤਾਂ ਥੋੜ੍ਹਾ ਹੋਰ ਹੀ ਲੱਗਦਾ। ਗਿਣਤੀ ਮਾਰਨ ਦੀ ਲੋੜ ਹੀ ਨਹੀਂ, ਉੱਥੇ ਉਹਨਾਂ ਦੀ ਮਸ਼ੀਨ 'ਤੇ ਗਿਣਤੀ ਮਾਰਾਂਗੇ, ਕਿਉਂਕਿ ਗਿਣਤੀ ਮੈਂ ਵੀ ਨਹੀਂ ਮਾਰੀ। ਸੇਵਿੰਗ ਦੀ ਕੌਣ ਯਾਰ ਕਾਊਂਟਿੰਗ ਕਰਦਾ, ਸੋ ਮੈਂ ਤਾਂ ਨਹੀਂ ਕੀਤੀ, ਸਾਰੀ ਕੈਸ਼ ਆ। ਇੰਜੋਏ ਇੰਜੋਏ ਨਹੀਂ ਹੈਗਾ, ਮੈਨੂੰ ਆਨਲਾਈਨ ਕਰਨੀ ਪੈਣੀ ਅੱਧੀ ਪੇਮੈਂਟ, ਜਿਹੜੀ ਮੈਂ ਨਹੀਂ ਸੀ ਕਰਨਾ ਚਾਹੁੰਦਾ, ਕਿਉਂਕਿ ਬਿੱਲ ਜਿਹੜਾ ਬਣਿਆ ਉਹ 2 ਲੱਖ ਤੋਂ ਉੱਪਰ ਦਾ ਬਣਿਆ। ਇੱਕ ਲੈਂਸ ਲਿੱਤਾ 50mm ਲਿੱਤਾ ਹਜੇ ਸਿਰਫ, ਬਾਕੀ ਅੱਗੇ ਅੱਗੇ ਲਵਾਂਗੇ ਜੀ ਮਾਸਟਰ ਵਗੈਰਾ ਸਾਰੇ ਜਿਵੇਂ ਜਿਵੇਂ ਹੱਥ ਖੁੱਲੂਗਾ। ਅਤੇ ਸੋਨੀ ZV-E1 ਆਪਾਂ ਕੈਮਰਾ ਲਿੱਤਾ, ਜਿਹਦੇ ਮੇਰੀ ਪਹਿਲਾਂ ਅੱਖ ਸੀ ਸ਼ੁਰੂ ਤੋਂ, ਮੈਂ ਕਨਫਿਊਜ਼ ਸੀਗਾ M4 'ਚ ਅਤੇ ਇਹਦੇ 'ਚ ਹੈ ਨਾ। ਅਤੇ ਬਾਕੀ ਓਪਨਿੰਗ ਦੀ ਵੀਡੀਓ ਤੁਸੀਂ ਦੇਖ ਹੀ ਲਈ ਆ। ਚੱਲ ਭਰਾਵਾ ਆਏ ਨਾ ਕਰ ਅੱਗੇ ਚੋ ਕਿਸ਼ਤਾਂ ਜਾਂਦੀਆਂ। ਸੋ ਗਾਇਸ ਆਪਾਂ ਸਾਰੀ ਅਸੈਸਰੀ ਲੈ ਲਈ ਆ, ਅਤੇ ਆਪਣਾ ਬਿੱਲ ਬਣਿਆ 2+, ਅੱਧਾ ਆਪਾਂ ਔਨਲਾਈਨ ਕੀਤਾ, ਅੱਧਾ ਕੈਸ਼ ਦਿੱਤਾ। ਸੋਨੀ ZV-E1 ਅਤੇ ਦੇਖੋ ਬਾਕੀ ਘਰੇ ਆ ਕੇ ਪੰਗੇ ਲੈਂਦੇ ਆ ਨਾ, ਕਿਉਂਕਿ ਮੇਰਾ ਆਪਣਾ ਪਰਸਨਲ ਇਹ ਫਸਟ ਕੈਮਰਾ ਵਾ। 50 ਲੈਂਸ ਲਿੱਤਾ, ਨਾਲ ਗੋਲੈਕਸ ਦੀ ਲਾਈਟ ਲਿੱਤੀ ਆ, LC SD ਕਾਰਡ ਹੋ ਗਿਆ, ਹੋਰ ਲਟਰ ਪਟਰ ਟ੍ਰਾਈਪੋਡ ਰੱਖ ਲਈ। ਹਾਂ ਟ੍ਰਾਈਪੋਡ ਰੱਖ ਲਈ, ਸ਼ੁਕਰ ਆ, ਕੋਈ ਚੀਜ਼ ਰਹਿਣੀ ਨਹੀਂ ਚਾਹੀਦੀ ਇੱਥੇ, ਪੈਸੇ ਬਹੁਤ ਜ਼ਿਆਦਾ ਲੱਗੇ। ਤਾਂ ਦੇਖ ਸਕਦੇ ਹੋ ਸਾਰੀ ਅਸੈਸਰੀ ਪਈ ਆ ਇੱਥੇ। ਹੁਣ ਆਪਾਂ ਜਾਂਦੇ ਹਾਂ ਘਰੇ, ਘਰੇ ਜਾਣ ਤੋਂ ਪਹਿਲਾਂ ਕੁਛ ਖਾ ਕੇ ਜਾਵਾਂਗੇ। ਆਪਾਂ ਜਾ ਰਹੇ ਹਾਂ ਬਰਗਰ ਕਿੰਗ ਡਰਾਈਵ ਥਰੂ, ਅਤੇ ਇਸ ਤੋਂ ਬਾਅਦ ਸਿੱਧਾ ਘਰੇ ਜਾਂ ਫਿਰ ਜਾਵਾਂਗੇ ਜਿਮ। ਕੁਛ ਇੱਦਾਂ ਦੇ ਚੂਤੀਏ ਵੀ ਟੱਕਰ ਜਾਂਦੇ ਆ, ਗੱਡੀ ਵਸਾਈ ਖੜਾ ਸਾਲਾ ਇੱਥੇ।
ਬਰਗਰ ਕਿੰਗ ਤੋਂ ਆਪਾਂ ਦੋ ਬਰਗਰ ਕਰਵਾਏ ਸੀਗੇ ਤੇ ਪੈਰੀ ਪੈਰੀ ਫਰਾਈਜ਼ ਕਰਾਈਆਂ ਸੀ ਕਿਉਂਕਿ ਇਹ ਆਪਣੀਆਂ ਬਾਈ ਜੀ ਫੇਵਰੇਟ ਆ। ਉਹ ਦੇ ਉਹ ਵੀ ਗੱਡੀ ਖੜਾ ਲਈ ਉਹ ਕਿਸੇ ਨੇ ਲੁਧਿਆਣੇ ਹਾਈਵੇ ਤੇ ਖੜ ਕੇ ਅਸੀਂ ਖਾਵਾਂਗੇ ਹੁਣ। ਇੱਥੋਂ ਥੋੜ੍ਹਾ ਜਿਹਾ ਧਿਆਨ ਨਾਲ ਜਾਇਆ ਕਰੋ, ਜਿਹੜਾ ਕੋਈ ਵੀ ਮੱਲਾਪੁਰ ਜਾਂ ਉੱਧਰੋਂ ਲੁਧਿਆਣੇ ਵਾਲੀ ਸਾਈਡ ਤੋਂ ਆਉਂਦਾ ਫਿਰੋਜ਼ਪੁਰ ਰੋਡ 'ਤੇ ਇਹ ਲਾ ਪੁੱਲ ਤੁਸੀਂ ਨੋਟ ਕਰ ਲਓ। ਇੱਧਰ ਫਾਈਵ ਕਿਹੜਾ ਯਾਰ ਨਾਮ ਕੀ ਮੈਂ ਭੁੱਲ ਗਿਆ, ਫਾਈਵ ਰਿਵਰ ਹੋਟਲ ਆ। ਅਤੇ ਹਾਂਜੀ ਜਗਰਾਵਾ ਇੰਟਰ ਹੋ ਗਏ, ਫਾਈਨਲੀ ਮੈਂ ਪਹੁੰਚ ਗਿਆ ਘਰੇ। ਅਤੇ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ, ਤੈਨੂੰ ਵੀ ਬਹੁਤ ਪਰਮਾਤਮਾ ਦਾ ਅੰਦਰ ਤਰੱਕੀਆਂ ਬਖਸ਼। ਕਿੰਨੇ ਟਾਈਮ ਦਾ ਵਲੌਗ ਬਣਾ ਰਹੇ ਹੋ? ਪਤਾ ਹੀ ਨਹੀਂ ਕਿੰਨਾ ਟਾਈਮ ਹੋ ਗਿਆ, ਭੁੱਲ ਗਿਆ ਨਾ ਬਣਾਉਂਦਾ ਬਣਾਉਂਦਾ। ਹਾਂ ਜੋ ਲੈਪਟੋਪ ਸੀਗਾ ਨਾ ਉਹ ਹਜੇ ਨਹੀਂ ਮਿਲੂਗਾ ਕਿਉਂਕਿ ਉਹ ਮੈਂ ਚਲਾਇਆ ਨਹੀਂ ਸੀਗਾ ਨਾ ਲੈਪਟੋਪ 6-7 ਮਹੀਨੇ। ਉਹ ਕਹਿੰਦੇ ਪਤਾ ਨਹੀਂ ਕੀ ਹੋ ਗਿਆ ਇਹਨੂੰ, ਅਸੀਂ ਕੰਪਨੀ 'ਚ ਭੇਜਣ ਲੱਗੇ, ਤੁਸੀਂ ਚਲਾਇਆ ਨਹੀਂ ਇੰਨਾ ਟਾਈਮ, ਸਟਾਰਟ ਹੀ ਨਹੀਂ ਹੁੰਦਾ ਉਹ। ਅਤੇ ਬਾਕੀ ਸਮਾਨ ਸਾਰਾ ਆ ਦੇ। ਅਤੇ ਗੱਲ ਹੋਰ ਦੱਸਣੀ ਭੁੱਲ ਗਿਆ, ਮੈਂ ਅਲੋਏ ਚੇਂਜ ਕਰਵਾ ਲਏ ਸੀਗੇ, ਪਹਿਲਾਂ 17 ਇੰਚੀ ਸੀਗੇ ਨਾ ਇਹ 'ਚ, ਸੋਰੀ 18 ਇੰਚੀ ਸੀਗੇ ਇਹ 'ਚ, ਪਹਿਲਾਂ ਹੁਣ ਮੈਂ 17 ਕਰਵਾ ਲਏ ਕਿਉਂਕਿ ਇੱਕ ਟੁੱਟ ਗਿਆ ਸੀ ਵਿੱਚ, ਮੈਂ ਸਨੈਪਚੈਟ 'ਤੇ ਸਟੋਰੀ ਵੀ ਪਾਈ ਸੀ। ਤਾਂ ਆਲ ਨਿਊ ਅਲੋਏ ਵੀਸ 17 ਇੰਚੀ ਇਹ ਹੁਣ ਥੋੜ੍ਹਾ ਇਹ, ਜਦੋਂ ਮੈਂ ਪਿਛਲੀ ਵਾਰ ਪਵਾ ਕੇ ਗਿਆ ਸੀਗਾ ਉਦੋਂ ਦਾ ਮੈਂ ਵਲੋਗ ਵਲੂਗ ਨਹੀਂ ਨਾ ਬਣਾਉਂਦਾ, ਹੁਣ ਤਾਂ ਕਰਕੇ ਆ ਗਿਆ ਬਿੱਲ ਆਪਣਾ। ਅਤੇ ਆਹ ਕੈਮਰਾ, ਆਹ ਲਾਈਟ, ਉਹ ਆ ਗਈ ਟਰਾਈਪੋਡ ਨਾਲ ਦੀ, ਫਿਲਹਾਲ ਮੈਂ ਉੱਪਰ ਹੀ ਬਣਾਉਣੀਆਂ ਹੁੰਦੀਆਂ ਉਹ ਕਮਰੇ 'ਚ ਵੀਡੀਓ ਸਾਰੀਆਂ ਜਿਹੜੀਆਂ ਤੁਸੀਂ ਇੰਸਟਾਗ੍ਰਾਮ 'ਤੇ ਰੀਲਸ ਦੇਖਦੇ ਹੋ। ਬਾਕੀ ਹੋਰ ਵਧੀਆ ਵਧੀਆ ਕੰਸੈਪਟ ਵੀ ਆਪਾਂ ਲੈ ਕੇ ਆਵਾਂਗੇ ਇਹ ਕੈਮਰੇ ਤੋਂ। ਦਰਵਾਜ਼ਾ ਬੰਦ ਕਰ ਦਿਉ, ਆਹ ਲਾਈਟ ਆ, ਠੀਕ ਆ, ਜਦੋਂ ਪੱਗ ਬੰਨਣੀ ਹੋਵੇ ਉਦੋਂ ਲਾ ਲਿਆ ਕਰੋ, ਠੀਕ ਆ। ਟਰਾਈਪੋਡ ਆ, ਇਹਦੇ ਕੱਪੜੇ ਕੁੱਪੜੇ ਸੁੱਕਣੇ ਪਾਉਣੇ ਆ ਤਾਂ ਪਾ ਲਿਆ ਕਰੋ। ਅਤੇ ਇਹ ਕੈਮਰਾ, ਖਾਲੀ ਬੈਗ, ਤੁਸੀਂ ਰੋਟੀ ਵਾਲਾ ਡੱਬਾ ਪਾ ਸਕਦੇ ਇਹ 'ਚ, ਆ ਹੀ ਸੀਗਾ ਬਣੂ ਯਾਰ। ਅਤੇ ਅਸਲ 'ਚ ਆਹ ਅਸੈਸਰੀ ਆ ਤਾਂ ਹੈ ਆਹ ਕੈਮਰਾ ਏਡਾ, ਠੀਕ ਆ। ਹਾਂ ਇਹ ਇਹ ਬੈਗ ਆ, ਖਾਲੀ ਨਾਲ ਦਿੱਤਾ ਉਹਨਾਂ ਨੇ, ਖਾਣ ਨੂੰ ਤੁਸੀਂ ਲਿਆਓ, ਤੁਸੀਂ ਲੈ ਕੇ ਆਓ ਮੁੰਡੇ ਦੇ ਘਰ ਦੇ ਵੀ ਤੁਸੀਂ, ਤੁਹਾਨੂੰ ਚਾਹੀਦਾ ਮੂੰਹ ਮਿੱਠਾ ਕਰਾਉਣਾ ਮੇਰਾ, ਡੈਡੀ ਨੇ ਪੈਸੇ ਦਿੱਤੇ ਸਵੇਰੇ, ਮੈਂ ਦੁਬਾਰਾ ਕੰਮ ਸਟਾਰਟ ਕਰ ਲੱਗਾ ਨਾ। ਤੇਲ ਚਾਹੁੰਦੇ ਤੁਸੀਂ? ਹਾਂ ਤੇਲ ਚਾਹੁੰਦੇ ਤੁਸੀਂ? ਲੈ ਕੇ ਆਉਂਗੇ ਰਾਮ ਲਾਲ ਦਾ ਸਵੇਰੇ ਲਿਆਓ। ਅੱਛਾ ਮੈਂ ਲੈ ਕੇ ਆਵਾਂ, ਕੀ ਆ ਇਹ ਦੇਖ ਲਾ, ਮੈਨੂੰ ਤਾਂ ਹੋਇਆ ਹੀ ਨਹੀਂ, ਇਹਨੂੰ ਪਸੰਦ ਆਈ ਉਹੀ ਮਠਿਆਈ ਜਿਹੜੀ ਰਾਜਸਥਾਨ ਤੋਂ ਲੈ ਕੇ ਆਇਆ ਸੀ। ਸਭ ਤੋਂ ਪਹਿਲਾਂ ਸੋਨੀ ਦਾ ਲੈਂਸ 50 mm ਲਿੱਤਾ ਮੈਂ ਸੋਨੀ ਦਾ ਹੀ, ਜਿਹੜਾ ਕਿ ਮੈਨੂੰ ਪਿਆ 18,500 ਦਾ। ਉਸ ਤੋਂ ਬਾਅਦ ਮੈਨੂੰ ਗੋਡੈਕਸ ਦੀ ਲਾਈਟ ਆ ਜਿਹੜੀ ਉਧਰ ਪਈ ਆ ਉਹ ਲੈ ਕੇ ਆਇਆ ਮੈਂ, ਐਲਸੀ ਵਗੈਰਾ ਜੋ ਵੀ, ਉਹ ਪਈ ਆ ਮੈਨੂੰ 13,500 ਦੀ। ਉਦੋਂ ਬਾਅਦ ਸੋਨੀ ਦਾ ਐਸ ਡੀ ਕਾਰਡ ਆ ਜਿਹੜਾ ਕੈਮਰੇ 'ਚ ਪੈਣਾ ਵਾ ਇਹ ਅਲੱਗ ਲਿੱਤਾ ਮੈਂ 10,500 ਦਾ। ਉਸ ਤੋਂ ਬਾਅਦ ਪ੍ਰੋਟੈਕਟਰ ਵਗੈਰਾ ਉਹਨਾਂ ਦੇ ਘੱਟੋ ਘੱਟ 800-900 ਦੇ ਸੀ ਜਿਹੜੇ ਕੈਮਰੇ 'ਤੇ ਮੈਂ ਲਵਾਏ ਆ। ਇੱਕ ਟਰਾਈਪੋਡ ਲਿੱਤਾ ਜਿਹੜਾ ਕਿ ਹੈਗਾ 1600 ਦਾ। ਆਹ ਸਾਰੀ ਅਸੈਸਰੀ ਆ ਦੇਖ ਲਓ। ਅਤੇ ਐਂਡ 'ਤੇ ਰਹਿ ਗਿਆ ਕੈਮਰਾ ਜਿਹੜਾ ਮੈਂ ਲਿੱਤਾ, ਇੱਕ ਮਿੰਟ, 2 ਇਨਵਾਇਸ ਆ, ਉਹ ਹੈਗਾ ਵਾ 180 ਦਾ, ਜਿਹੜਾ ਕੈਮਰਾ ਹੈਗਾ ਉਹ ਹੈਗਾ 180 ਦਾ। ਇਹ ਮੈਂ ਟੋਟਲ ਤੁਹਾਨੂੰ ਤਾਂ ਦੱਸਿਆ ਵਾ, ਕੱਲ੍ਹ ਕਰੋ ਤੁਸੀਂ ਕੋਈ ਵੀ ਇਹ 'ਚੋਂ ਅਸੈਸਰੀ ਲੈਂਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦਾ ਐਸਟੀਮੇਟ ਕੀ ਆ। ਜਿੱਦਾਂ ਕਿ ਮੈਨੂੰ ਨਹੀਂ ਸੀ ਪਤਾ, ਮੈਂ ਪਹਿਲਾਂ ਪੁੱਛਿਆ ਸਾਰੇ ਪਾਸੇ ਵੀ ਕਿਹਦਾ ਕੀ ਰੇਟ ਆ, ਫਿਰ ਮੈਂ ਚੀਜ਼ਾਂ ਬਾਈਕ ਕੀਤੀਆਂ
ਇਹ ਮੈਂ ਤੁਹਾਨੂੰ ਨੋਰਮਲੀ ਰੇਟ ਦੱਸਿਆ ਵੀ ਆਹ ਰੇਟ ਤੋਂ ਮੈਨੂੰ ਆਹ ਚੀਜ਼ ਮਿਲੀ। ਅਗਰ ਕਿਸੇ ਨੂੰ ਇਸ ਚੀਜ਼ ਦੇ ਬਾਰੇ ਨੌਲੇਜ ਆ ਜਾਂ ਵੱਧ ਮਤਲਬ ਐਕਸਪੈਂਸਿਵ ਮਿਲੀ ਆ ਉਹਨੂੰ ਜਾਂ ਹੋਰ ਡਿਸਕਾਊਂਟ 'ਤੇ ਮਿਲੀ ਤਾਂ ਕਮੈਂਟ ਜ਼ਰੂਰ ਕਰਿਓ, ਮੈਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਮੇਰਾ ਜੋ ਕਰਵਾਇਆ ਹੋਇਆ ਡਿਸਕਾਊਂਟ ਆ ਉਹ ਮੈਨੂੰ ਵਰਥ ਗਿਆ ਕਿ ਨਹੀਂ ਗਿਆ। ਪਹਿਲਾਂ ਤਾਂ ਕੈਮਰਾ ਦੇਖ ਲਓ ਤੁਸੀਂ, ਆਹ 50 ਲੈਂਸ ਜਿਹੜਾ ਲਾਇਆ ਸੀ ਉਹਦੇ ਉੱਪਰ ਲਾਹੇ ਕਵਰ ਆ। ਮੈਂ ਵੀ ਫਸਟ ਟਾਈਮ ਮੈਂ ਇੱਦਾਂ ਦੀ ਚੀਜ਼ 'ਚ ਇਨਵੈਸਟ ਕੀਤਾ ਕੁਛ, ਅਦਰਵਾਈਜ਼ ਮੇਰੇ ਮੈਂ ਜਾਂ ਤਾਂ ਗੱਡੀਆਂ 'ਚ ਇਨਵੈਸਟ ਕਰਦਾ ਖਰਾਬ ਕਰਦਾ, ਜਾਂ ਬਾਈਕਸ ਵਗੈਰਾ ਹੋ ਗਈਆਂ, ਕੱਪੜੇ ਜਾਂ ਹੋਰ ਚੀਜ਼ਾਂ, ਜਾਂ ਖਵਾਉਣ ਪਿਲਾਉਣ 'ਤੇ, ਇਹਨਾਂ ਚੀਜ਼ਾਂ 'ਤੇ ਮੋਸਟਲੀ ਸਪੈਂਡ ਕੀਤੇ ਆ। ਅਤੇ ਆਹ ਲਾਈਟ ਇਹ ਫਿਲਹਾਲ ਤੁਸੀਂ ਦੇਖੀ ਨਹੀਂ ਸੀ, ਕਿਉਂਕਿ ਜਦੋਂ ਇਹ ਆਈ ਉਦੋਂ ਨੂੰ ਮੈਂ ਵੀ ਭੁੱਲ ਗਿਆ ਵੀ ਮੈਂ ਵਲੋਗਰ ਵੀ ਹਾਂ, ਸੋ ਮੈਂ ਸ਼ੂਟ ਹੀ ਨਹੀਂ ਕੀਤਾ। ਅੱਧੀਆਂ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਹਜੇ ਤੱਕ ਸ਼ੂਟ ਹੀ ਨਹੀਂ ਕੀਤੀਆਂ ਸੀ। ਸੋ ਇਹ ਲਾਈਟ ਆ ਗੋਡੈਕਸ ਦੀ, ਜਿਹੜੀ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਲਿਆਊਂਗਾ ਇਨਡੋਰ ਸ਼ੂਟ ਵਾਸਤੇ, ਬਹੁਤ ਵਧੀਆ ਜਾਂ ਰਾਤ ਦੇ ਸ਼ੂਟ ਵਾਸਤੇ ਕਰਨਾ ਕੀ ਇਹ, ਅਤੇ ਮੈਂ ਇਕੱਲੀਆਂ ਰੀਲਾਂ ਚੱਲ ਪਾ ਚੱਲੂਗੀ ਖਤਮ। ਅਤੇ ਇੱਦਾਂ ਦੇ ਕਾਫੀ ਫੀਚਰ ਆ ਇਹਦੇ ਵਿੱਚ, ਪਰ ਫਿਲਹਾਲ ਆਪਾਂ ਕਰਦੇ ਹਾਂ ਵਲੋਗ ਨੂੰ ਖਤਮ। ਇਹ ਸੀ ਅੱਜ ਦਾ ਵਲੋਗ, ਵਲੋਗ ਕਿੱਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਇੱਦਾਂ ਦੇ ਹੋਰ ਵਲੋਗ ਦੇਖਣ ਲਈ ਚੈਨਲ ਕਰ ਲਿਓ ਸਬਸਕ੍ਰਾਈਬ, ਐਂਡ ਨਾਲ ਇਹਨਾਂ ਨੇ ਮੈਨੂੰ ਇੱਕ ਬੈਗ ਦਿੱਤਾ ਸੋਨੀ ਵੱਲੋਂ, ਜੋ ਵੀ ਤੁਹਾਡੇ ਕੁਸ਼ਚਨ ਸੀ ਉਹਨਾਂ ਦਾ ਜਵਾਬ ਮੈਂ ਪਹਿਲਾਂ ਦੇ ਤੇ। ਅਗਰ ਫਿਰ ਵੀ ਕੋਈ ਕੁਸ਼ਚਨਸ ਹੈਗੇ ਆ ਤੁਹਾਡੇ ਮਨ 'ਚ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਉ, ਮੈਂ ਉੱਥੇ ਹੀ ਰਿਪਲਾਈ ਕਰ ਦੂੰਗਾ। ਆਈ ਨੋ ਇਹ ਵਲੋਗ ਥੋੜ੍ਹਾ ਜਿਹਾ ਬੋਰਿੰਗ ਰਿਹਾ ਹੋਊਗਾ, ਪਰ ਮੈਂ ਹੋਪ ਕਰਦਾ ਇਦੋਂ ਅਗਲਾ ਵਲੋਗ ਜੋ ਹੋਊਗਾ ਬਹੁਤ ਜ਼ਿਆਦਾ ਇੰਟਰਸਟਿੰਗ ਹੋਊਗਾ। ਥੈਂਕ ਯੂ।